ਜਿਹੜਾ ਪਹਿਲਾ ਮਿਸਰਾ ਹੁੰਦਾ ਗਜ਼ਲ ਦੇ ਹਰ ਸ਼ੇਰ ਦਾ ਉਹ ਖੁੱਲ੍ਹਾ ਹੁੰਦਾ, ਦੂਸਰਾ ਵਿਧਾਨ ਦੇ ਨਾਲ ਮਿਲਦਾ। ਉਹ ਉਹਦੇ ਵਿੱਚ ਇਹੀ ਹੈ ਜਿਹੜਾ ਉਹਦਾ ਮੂਲ ਸਿਧਾਂਤ ਹੈ, ਪਰਸਪੈਕਟਿਵ ਉਹਦਾ ਇਹੀ ਬਣਦਾ ਕਿ ਇਨਸਾਨ ਫਰੀਦ ਦੇ ਸ਼ਲੋਕਾਂ ਦੇ ਬਾਰੇ ਵੀ ਅਸੀਂ ਕਹਿੰਦੇ ਹਾਂ ਕਿ ਫਰੀਦ ਉਹਨਾਂ ਦੇ ਸ਼ਲੋਕਾਂ ਦੇ ਵਿੱਚ ਪਹਿਲੀ ਸਤਰ ਦੇ ਵਿੱਚ ਸੰਸਾਰਿਕਤਾ ਪਈ ਹੈ, ਦੂਸਰੀ ਸਤਰ ਦੇ ਵਿੱਚ ਅਧਿਆਤਮ ਪਿਆ। ਉਹ ਸਾਰੀ ਦੁਵਿਧਾ, ਉਹ ਸਾਰਾ ਸੰਕਟ, ਉਹ ਸਾਰੀਆਂ ਵਿਸੰਗਤੀਆਂ ਉਹਨੂੰ ਉਹ ਜਦੋਂ ਦੂਸਰਾ ਦੋਹੇ ਦੇ ਸਤਰ ਉਤਾਰਦੇ ਨੇ ਤਾਂ ਉਹਨੂੰ ਇੱਕ ਖਾਸ ਉਚਾਈ ਦੇ ਉੱਤੇ ਲੈ ਜਾਂਦੇ। ਇਸੇ ਤਰੀਕੇ ਨਾਲ ਜਿਹੜੀ ਗਜ਼ਲ ਸੀ ਉਹਦੇ ਹਰ ਸ਼ੇਰ ਦੇ ਵਿੱਚ ਇਸੇ ਤਰੀਕੇ ਨਾਲ ਸੀ ਕਿ ਪਹਿਲੇ ਸ਼ੇਰ ਦੇ ਖੁੱਲ੍ਹੇ ਮਿਸਰੇ ਦੇ ਵਿੱਚ ਇਸ ਸੰਸਾਰ ਦੀ ਪਦਾਰਥਕਤਾ ਪੇਸ਼ ਹੁੰਦੀ ਹੈ ਅਤੇ ਦੂਸਰੇ ਵਿੱਚ ਅਧਿਆਤਮ ਪੇਸ਼ ਹੁੰਦਾ। ਜਦੋਂ ਰੁਬਾਈਆਂ ਲਿਖੀਆਂ ਗਈਆਂ ਉਮਰ ਖਿਆਮ ਨੇ ਖਾਸ ਤੌਰ ਦੇ ਉੱਤੇ, ਉਹ ਅਖੀਰ ਦੇ ਵਿੱਚ ਜਾ ਕੇ ਤੀਸਰੀ ਖੁੱਲ੍ਹੀ ਸਤਰ ਤੋਂ ਬਾਅਦ ਚੌਥੀ ਸਤਰ ਨੂੰ ਫਿਰ ਕਾਫੀਆਂ ਦੇ ਨਾਲ ਮਿਲਾਨ ਕਰਦੇ। ਪੰਜਾਬੀ ਦੇ ਵਿੱਚ ਪਹਿਲੀ ਵਾਰ ਜਿਹੜੀਆਂ ਰੁਬਾਈਆਂ ਉਹ ਸੈਫੁਲ ਮਲੂਕ ਦੇ ਵਿੱਚ ਜਿਹੜੀਆਂ ਮੁਹੰਮਦ ਬਖਸ਼ ਨੇ ਕੁਝ ਪਾਤਰਾਂ ਦੇ ਹਵਾਲੇ ਨਾਲ ਕੀਤੀਆਂ ਗੱਲਾਂ, ਜਦੋਂ ਉਹ ਲੰਬਾ ਕਿੱਸਾ ਲਿਖਦੇ ਨੇ ਤਾਂ ਜਿੱਥੇ ਪਾਤਰਾਂ ਦਾ ਵਾਰਤਾਲਾਪ ਹੁੰਦਾ ਉਹ ਰੁਬਾਈਆਂ ਵਿੱਚ ਗੱਲਾਂ ਕਰਦੇ। ਜਿਹੜਾ ਭਾਈ ਵੀਰ ਸਿੰਘ ਉਹਨਾਂ ਦਾ ਰੁਬਾਈ ਦਾ ਪੈਟਰਨ ਸੀ, ਭਾਈ ਵੀਰ ਸਿੰਘ ਨੇ ਦੋਹਾਂ ਉਸ ਵੇਲੇ ਜਿਹੜੀਆਂ ਇੱਕ ਮਿਸ਼ਰਣ ਦੇ ਵਿੱਚ ਸੀ ਸਾਡਾ ਸੱਭਿਆਚਾਰ, ਉਹਦੇ ਵਿੱਚ ਇੱਕ ਪਾਸੇ ਅੰਗਰੇਜ਼ ਉਹਨਾਂ ਦੇ ਸਾਹਿਤਕ ਰੂਪਾਂ ਦਾ ਪ੍ਰਭਾਵ ਪੈ ਰਿਹਾ ਸੀ, ਦੂਸਰੇ ਪਾਸੇ ਸਾਡੀ ਆਪਣੀ ਪਰੰਪਰਾ ਦੇ ਵਿੱਚੋਂ ਜਿਹੜੇ ਸਾਹਿਤਕ ਰੂਪ ਸੀ ਉਹਨਾਂ ਨੇ ਦੋਹਾਂ ਤਰੀਕਿਆਂ ਨੂੰ ਇੱਕ ਥਾਂ ਦੇ ਉੱਤੇ ਲਿਆਂਦਾ। ਰੁਬਾਈਆਂ ਲਿਖੀਆਂ ਬਹੁਤ ਸਾਰੀਆਂ ਸੀ ਲੇਖੇ 'ਚ ਜਿਹਨਾਂ ਨੇ ਖਾਧੀ ਵਾਲੀਆਂ, ਬੜੀਆਂ ਸਨਾਤਨੀ ਰੁਬਾਈਆਂ ਸੀਗੀਆਂ ਜੀ ਜਿਹੜੀ ਰੂਪ ਅਤੇ ਵਸਤੂ ਦੇ ਪੱਖ ਤੋਂ ਅੱਗੇ ਚਲਾਉਂਦੀਆਂ ਸੀ। ਗੁਰੂ ਪਰਮਗੀਰ ਉਹਨਾਂ ਨੇ ਜਿਹੜੀ ਇਹਦੇ ਵਿੱਚ ਇਸ ਕਿਤਾਬ ਦੇ ਵਿੱਚ ਰੁਬਾਈਆਂ ਲਈਆਂ, ਇਹਦੇ ਵਿੱਚ ਉਹਨਾਂ ਨੇ ਰੁਬਾਈ ਦੇ ਉਸ ਕਲਾਸੀਕਲ ਫੋਰਮ ਨੂੰ ਤੋੜਿਆ। ਉਹਦੇ ਵਿੱਚ ਕੀ ਆ ਕਿ ਇਹ ਮੈਂ ਜਿਹੜੇ ਨੂੰ ਇਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਸਲ ਦੇ ਵਿੱਚ ਇਹ ਰੁਬਾਈ ਇੱਕ ਵਿਧਾ ਨਹੀਂ ਹੈਗੀ ਇਹਨਾਂ ਦੀ ਕਿਤਾਬ ਦੇ ਵਿੱਚ, ਬਲਕਿ ਰੁਬਾਈ ਨੂੰ ਇਹਨਾਂ ਨੇ ਇੱਕ ਵਿਧੀ ਦੇ ਤੌਰ ਤੇ ਲਿਆ, ਇੱਕ ਮੈਥਡ ਦੇ ਤੌਰ ਤੇ ਲਿਆ ਰੁਬਾਈ ਨੂੰ, ਕਿਉਂਕਿ ਬਹੁਤ ਛੋਟੇ ਛੋਟੇ ਬਹਿਰਾਂ ਤੋਂ ਲੈ ਕੇ ਬਹੁਤ ਵੱਡੇ ਵੱਡੇ ਬਹਿਰਾਂ ਤੱਕ ਇਹਨਾਂ ਨੇ ਰੁਬਾਈ ਦੀਆਂ ਉਹ ਚਾਰੇ ਸਤਰਾਂ ਦਾ ਜਿਹੜਾ ਮਿਲਾਨ ਕਰਕੇ ਉਹ ਰੂਪ ਨੂੰ ਕਰਿਆ। ਦੂਸਰੇ ਪਾਸੇ ਮੈਨੂੰ ਇਹ ਵੀ ਲੱਗਦਾ ਕਿ ਜਿਹੜੀ ਸਾਡੇ ਕੋਲ ਇਸ ਵੇਲੇ ਕਵਿਤਾ, ਜਿਸ ਕਿਸਮ ਦਾ ਕਵਿਤਾ ਦਾ ਪ੍ਰਸੰਗ ਬਣਿਆ, ਉਹਦੀ ਸਮਝਣਕਾਰੀ ਦਾ ਅਮਲ ਬਣਿਆ ਹੋਇਆ, ਸਾਡੀ ਸਾਰੀ ਪਰੰਪਰਾ ਦੇ ਵਿੱਚ ਇਹ ਗੱਲ ਪਈ ਹੈ ਕਿ ਅਸੀਂ ਵਸਤੂ ਨੂੰ ਕੇਂਦਰ ਦੇ ਵਿੱਚ ਰੱਖਦੇ ਰਹੇ ਹਾਂ, ਕੰਟੈਂਟ ਨੂੰ ਫੋਕਸ ਕਰਕੇ ਫਿਰ ਉਸ ਕਵਿਤਾ ਦਾ ਦੇ ਵਿਸ਼ਲੇਸ਼ਣ ਦਾ ਉਹਦੇ ਅਧਿਐਨ ਦਾ ਸਾਰਾ ਮਾਮਲਾ ਬਣਦਾ ਰਿਹਾ। ਇਸ ਕਰਕੇ ਕੀ ਹੋਇਆ ਕਿ ਪੰਜਾਬੀ ਦੇ ਵਿੱਚ ਜਿਹੜੇ ਸਾਡੇ ਕੋਲ ਆਪਣੇ ਕਾਵਿ ਰੂਪ ਸੀ ਜਿਹੜੇ ਫਾਰਸੀ ਸਾਹਿਤ ਦੇ ਨਾਲ ਸੰਪਰਕ ਦੇ ਵਿੱਚ ਆਏ ਉਹ ਸਾਰੇ ਦਰਕਿਨਾਰ ਦੇ, ਤਾਂ ਇਸ ਕਰਕੇ ਰੁਬਾਈਆਂ ਦਾ ਹੁਣ ਦੁਬਾਰਾ ਲਿਖਿਆ ਜਾਣਾ ਜਾਂ ਛਪਿਆ ਜਾਣਾ ਸਮਕਾਲ ਦੇ ਵਸਤੂ ਦੇ ਨਾਲ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਇਹ ਇੱਕ ਨਵੀਂ ਤਰ੍ਹਾਂ ਦੀ ਗੱਲ ਹੈ, ਇਹ ਨਵੇਂ ਸਰੋਕਾਰ ਦੇ ਜਿਨ੍ਹਾਂ ਦੇ ਬਾਰੇ ਪੰਜਾਬੀ ਸਾਹਿਤ ਨੂੰ ਰੂਪ ਦੇ ਪੱਖ ਤੋਂ ਅਤੇ ਵਸਤੂ ਦੇ ਪੱਖ ਤੋਂ ਦੁਬਾਰਾ ਗੱਲ ਕਰਨੀ ਚਾਹੀਦੀ ਹੈ। ਖਾਸ ਤੌਰ 'ਤੇ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਪੰਜਾਬੀ ਸੁਭਾਅ ਦੇ ਵਿੱਚ ਪ੍ਰਗੀਤਕਤਾ ਪਈ ਹੈ ਕਵਿਤਾ ਨੂੰ ਲੈ ਕੇ, ਜਿਹੜੀ ਸਾਡੀ ਫੋਕ ਦੇ ਵਿੱਚ ਵੀ ਪਈ ਹੈ, ਉਸੇ ਲਗਾਤਾਰਤਾ ਦਾ ਇੱਕ ਅਮਲ ਹੈ ਜਿਹੜਾ ਇਸੇ ਤਰ੍ਹਾਂ ਦੇ ਕਾਵਿ ਰੂਪਾਂ ਦਾ ਦੁਬਾਰਾ ਹੋਂਦ ਵਿੱਚ ਆਉਣਾ। ਸੋ ਜਿੱਥੇ ਤੱਕ ਆਪਾਂ ਗੁਰੂ ਪਰਮਗੀਰ ਹੋਰਾਂ ਦੀ ਵਸਤੂ ਦੀ ਗੱਲ ਕਰਦੇ ਹਾਂ, ਇਹ ਵੀ ਮੈਨੂੰ ਥੋੜ੍ਹਾ ਜਿਹਾ ਵੱਖਰਾ ਲੱਗਦਾ ਬਾਕੀ ਸਾਰਿਆਂ ਨਾਲੋਂ, ਕਿਉਂਕਿ ਸਾਡਾ ਜਿਹੜਾ ਸਾਡੀ ਪੂਰੀ ਕਵਿਤਾ ਦੀ ਸਾਰੀ ਵਸਤੂਗਤ ਪਰੰਪਰਾ ਉਹਦੇ ਵਿੱਚ ਇਹ ਥਾ ਕਿ ਅਸੀਂ ਸੱਭਿਆਚਾਰ ਦੇ ਸਾਰੇ ਵਰਤਾਰੇ ਨੂੰ, ਸੱਭਿਆਚਾਰ ਦੇ ਸਾਰੇ ਤੰਤਰ ਨੂੰ, ਪੰਜਾਬੀ ਸੱਭਿਆਚਾਰ ਵਾਲੇ ਨੂੰ ਇੱਕ ਵਿਸ਼ੇਸ਼ ਨਿਖੇਧਾਤਮਕ ਰੂਪ ਤੋਂ ਸਾਡਾ ਕਵੀ ਦੇਖਦਾ ਰਿਹਾ। ਗੁਰੂ ਭਜਨਗਿਰ ਹੋਣੀ ਉਸ ਸਾਰੇ ਸੱਭਿਆਚਾਰ ਨੂੰ ਉਹਦੀ ਵਡਿਆਈ ਦੇ ਪੱਖ ਤੋਂ ਦੇਖਦੇ ਨੇ, ਚਾਹੇ ਉਹ ਭਾਸ਼ਾ ਦਾ ਸਾਰਾ ਹੋਵੇ, ਉਹ ਭਾਸ਼ਾ ਜਿਹੜੀ ਸਾਂਝੇ ਪੰਜਾਬ ਦੀ ਭਾਸ਼ਾ ਗੁਰੂ ਗੋਆ ਚ ਰਹੀ ਭਾਸ਼ਾ ਉਹ ਸਾਰੀ ਇਹਨਾਂ ਦੀ ਕਵਿਤਾ ਦੇ ਵਿੱਚ ਪੇਸ਼ ਹੁੰਦੀ ਹੈ, ਤੇ ਜਾਂ ਫਿਰ ਮਨੁੱਖ ਦੀ ਹੋਂਦ ਨੂੰ ਜਿਹੜੇ ਸੰਕਟ ਪੇਸ਼ ਹੁੰਦੇ ਨੇ ਉਹਦੇ ਵਿੱਚੋਂ ਵੀ ਕਿਤੇ ਨਾ ਕਿਤੇ ਗੁਰੂ ਭਜਨਗਿਰ ਹੋਣਾ ਕੀ ਇਹ ਪੱਕੀ ਸਮਝ ਬਣੀ ਹੋਈ ਹੈ, ਉਹਨਾਂ ਦੇ ਵਿੱਚ ਵੀ ਗੀਤ ਵਿੱਚ ਵੀ ਤੇ ਰੁਬਾਈਆਂ ਵਿੱਚ ਵੀ ਹੈ, ਜਿਹੜੇ ਮਨੁੱਖੀ ਹੋਂਦ ਦੇ ਜਿਹੜੇ ਸੰਕਟ ਨੇ ਉਹ ਸਾਰੇ ਕਿਤੇ ਨਾ ਕਿਤੇ ਉਸ ਸੱਭਿਆਚਾਰ ਦੇ ਵਿਗਠਨ ਦੇ ਕਾਰਨ ਪੈਦਾ ਹੁੰਦੇ। ਸੋ ਇਹ ਸਾਰੇ ਤਰੀਕੇ ਨਾਲ ਜਦੋਂ ਅਸੀਂ ਇਹਨਾਂ ਰੁਬਾਈਆਂ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਵਿੱਚੋਂ ਜਿਹੜਾ ਰਵਾਇਤੀ ਗੁਰੂ ਭਜਨਗਿਰ ਸ਼ਾਇਰ ਉਹ ਇਹਨਾਂ ਰੁਬਾਈਆਂ ਦੇ ਵਿੱਚ ਵੀ ਪੇਸ਼ ਹੁੰਦਾ, ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਗਜ਼ਲ ਦੇ ਸ਼ੇਰਾਂ ਦੇ ਵਿੱਚ, ਜਿਸ ਤਰੀਕੇ ਨਾਲ ਪੰਜਾਬੀ ਬੰਦੇ ਦੀ ਹੋਂਦ ਦੇ ਜਸ਼ਨਾਂ ਦੇ ਰੂਪ ਦੇ ਵਿੱਚ, ਗੀਤਾਂ ਦੇ ਵਿੱਚ ਇਹਨਾਂ ਦੇ ਵਿੱਚ ਪੇਸ਼ ਹੁੰਦਾ, ਰੁਬਾਈਆਂ ਵਿੱਚ ਵੀ ਉਸੇ ਤਰੀਕੇ ਨਾਲ ਪੇਸ਼ ਹੁੰਦਾ। ਪਰ ਖੂਬਸੂਰਤ ਗੱਲ ਇਹ ਹੈ ਕਿ ਇਹ ਪੰਜਾਬੀ ਦੇ ਬਹੁਤ ਸਾਰੇ
ਸਮੇਂ ਦੀ ਧੂੜ ਵਿੱਚ ਗੁਆਚ ਗਏ ਜਿਹੜੇ ਰੂਪਾਕਾਰ ਨੇ ਉਹਨਾਂ ਵਿੱਚੋਂ ਇੱਕ ਨੂੰ ਦੁਬਾਰਾ ਇਹਨਾਂ ਨੇ ਪੁਨਰ ਸੁਰਜੀਤੀ ਵਾਂਗ ਫੜਿਆ। ਤੋ ਅੱਗੇ ਮੈਨੂੰ ਇਸ ਗੱਲ ਦੇ ਉੱਤੇ ਵੀ ਕੋਈ ਹੈਰਾਨੀ ਨਹੀਂ ਹੋਏਗੀ ਜੇ ਇਹਨਾਂ ਦੀ ਅਗਲੀ ਕਿਤਾਬ ਦੋਹਿਆਂ ਦੀ ਆ ਜਾਵੇ, ਕਿਉਂਕਿ ਪਾਸੇ ਦੋਹੇ ਵੀ ਇਹ ਲਿਖਦੇ ਰਹਿੰਦੇ ਆ। ਸੋ ਇਸ ਕਿਤਾਬ ਦੇ ਬਹਾਨੇ ਨਾਲ, ਇਸ ਕਿਤਾਬ ਦੇ ਹਵਾਲੇ ਨਾਲ ਪੰਜਾਬੀ ਚਿੱਤਰ ਦੇ ਕੋਲ ਰੂਪ ਦੇ ਪੱਖ ਤੋਂ ਤੇ ਵਸਤੂ ਦੇ ਪੱਖ ਤੋਂ ਸਮਕਾਲ ਨੂੰ ਮੁਖਾਤਿਬ ਹੋਣ ਦੇ ਜਿਹੜੇ ਸਾਡੇ ਕਵੀ ਨੇ ਮੌਕੇ ਤਲਾਸ਼ ਕੀਤੇ, ਉਹਨਾਂ ਨੂੰ ਸਮਝਣ ਦਾ, ਉਹਨਾਂ ਦੇ ਅਧਿਐਨ ਦਾ ਇੱਕ ਬਹੁਤ ਖੂਬਸੂਰਤ ਮੌਕਾ। ਸੋ ਇਸ ਕਰਕੇ ਇਹ ਕਿਤਾਬ ਮੈਨੂੰ ਲੱਗਦਾ ਇੱਕ ਵੱਖਰੀ ਤਰ੍ਹਾਂ ਦਾ ਅਧਿਆਇ ਹੈ। ਇੱਕੋ ਤਰ੍ਹਾਂ ਦੀ ਲਿਖੀ ਜਾ ਰਹੀ ਕਵਿਤਾ ਤੇ ਇੱਕੋ ਤਰ੍ਹਾਂ ਦੀ ਗਜ਼ਲ ਦੇ ਵਿੱਚ ਇਹ ਕਿਤਾਬ ਇੱਕ ਬਿਲਕੁਲ ਵੱਖਰੀ ਤਰ੍ਹਾਂ ਦਾ ਇੱਕ ਪੰਨਾ। ਇਹਦਾ ਇਸ ਕਿਤਾਬ ਦਾ ਸਵਾਗਤ ਕਰਦੇ ਹਾਂ ਤੇ ਇਸ ਕਿਤਾਬ ਦੇ ਬਹਾਨੇ ਨਾਲ ਪੰਜਾਬੀ ਕਵਿਤਾ ਦੇ ਵਿੱਚ ਬਹੁਤ ਕੁਝ ਵੱਖਰਾ ਵਾਪਰਦਾ ਦੇਖਦੇ ਹਾਂ। ਮੈਨੂੰ ਬਹੁਤ ਖੁਸ਼ੀ ਹੋਈ। ਬਹੁਤ ਬਹੁਤ ਇੱਕੋ ਤਰ੍ਹਾਂ ਦੀ ਖੁੱਲ੍ਹੀ ਕਵਿਤਾ ਲਿਖ ਰਹੇ ਆ,
कुछ कवियां जो बहुत रेंज होता है, जिसका आप कहने की प्रसन्नता से मुझे एक बहुत रेंज सेगा कि उन्होंने गैर छंद भी लिखा, उन्होंने गद्य भी लिखा, उन्होंने वार भी लिखी, उन्होंने दोड़े भी लिखे, उन्होंने गजल भी लिखी, उन्होंने गीत भी लिखे। तो एक कवि किसी कवि की रूपा की एक रेंज होंगी है जिन्होंने असी वो वडियाई मानते जो एक वडियाई है। तो इसलिए मैं समझा कि जिस तरह हाइकू भी असं देखा पंजाबी कविता से हाइकू भी आया, सोनेट भी एक वक्त देखी गई। तो जिसनों असं रुबाई कहने ये रूप भी साढ़े न इस वक्त में जिस तरह पहले तो रुबाई का एको तरह का ही काफी यानी बहर मने गए थे, इसे बहर से रुबाई हो सकती है, लेकिन बाद चाह बहुत बहरा च भी रुबाइया हुई। तो चौबर्गी आप चौबर्गी भाई वीर सिंह होना चौबर्गी मिलते, प्रोफेसर मोहन सिंह चौबर्गी मिलते हैं। सो एक उस आसानी से रुबाई रुबाइया की जी पुस्तक है। तो कई बार यह होंगे कि मॉडर्न पोएट्री कुछ लोग कहते कि भी बड़ी एक बंधन हो जाता कि कवि ने किसी चीज़ में बनना कि एक खुली कविता जो जितने अपने विचार खुले पेश कर लेंगे, लेकिन जो वो रुबाई लिखा या गजल लिखा तो उन्होंने शायद अपने लफ्जा बड़ा जूझना पैदा। पर मैं समझा कि जेडे जे इस आर्ट के माहर होंगे वो इस आर्ट की एक तरह जिसका साड़ी माँ बोली तो ग्रामर आ कि असं सीखी नहीं किसी को कि असं सू जो बचपन से अभी बोलने लग पाए मापियां देख के उन्होंने कहा कि रोटी असमान तारे सारा कुछ असं अचेज ही सीख रहे और ग्रामर भी सू बाद पढ़ी जी कोई नाम पड़नाम होंगे, लेकिन वो सीखने तो पहले ही साढ़े अंदर आत्मसात हो चुकी सी। तो जो बंदे काफ़ी अरदीप से बहर बढ़न से लिखे उन्होंने कोई बहर बढ़न से लिखना मुश्किल नहीं लगता, वो एक बहुत कुदरती उन्होंने फ्लो होंगे जिन्होंने जो इंटरनलाइज हो चुका होंगे, तो इसलिए उस बहुत ही बड़ी कोशिश तरद नहीं करना पड़ता क्योंकि वो उन्होंने एक तरह माँ बोली भी ग्रामरवानी होंगे। तो गुरपतंगल भी बहुत साल तो बहर वजन लिखने वाले कवि ने। तो दूसरी इन्होंने वडियाई है कि जिस तरह जुड़ने कि अभी निरंतरता एक लगातार लिखते रहना। तो मैं अपना याद है कि मैंने जो मैं इतने सिखों साहब मैंने कहते कि तू की लिखता हूं तो मैं कहती मैं कविता लिखता हूँ, मैंने कहते कुछ होर भी लिया कर कविता का कीता आवे आवे ना आवे ना लिया। तो पर गुरभेज मामले से गल ठीक नहीं है पतन की इस पक्षों इन वरदान आ भी वो कविता हमेशा जुड़िया रह सकता ये कविता लिख सकता यानी कविता ये नहीं कि कविता इन कोई उड़ीक करवाएगी। सो एक कविता का रिश्ता जो गुरभेज का रिश्ता वो उस निरंतरता वाला और उस सचेत रचना वाला रिश्ता। सो इस बहुत सारे पंजाब से कि पंजाब की किसानी के थीम तो लैके बेटिया के भ्रूण हत्या के थीम तो लैके और पूरे ब्रह्मांड के थीम तक तुम इस संदूक सूर्य तो लैके समझ लो दीव्या तक और साथ ही अपने अपने नित के तार किनारा तक चूल्हे आदि तक कि ये सारे थीम और सारे तरह के विषय सरोकार इस किताब के समोए हुए और बहुत संक्षेप रूप से बहुत ब्रीफ रूप से और पूरी जानी एक त्राशी हुई पंजाबी जबान के। सो मैं बहुत बहुत मुबारकबाद दिना और करना है। मैं तो ये तो मेरा कॉल दिखेगा। मैं भी वहाँ चला जाएगा।
ਵਜਨ ਉਹਨਾਂ ਦੀ ਕਵਿਤਾ ਬਾਰੇ ਜਿਹੜੀ ਨਵੀਂ ਕਿਤਾਬ ਆਈ ਹੈ ਸੁੰਦਰਤਾ ਦੀ ਉਹਦੇ ਰੂਪ ਬਾਰੇ ਉਹਦੀ ਤਕਨੀਕ ਬਾਰੇ ਡਾਕਟਰ ਪਿਤਾ ਜੀ ਨੇ ਵਿਸਥਾਰ ਕੀਤਾ। ਮੈਂ ਕਿਤਾਬ ਪੜ੍ਹਦੇ ਪੜ੍ਹਦੇ ਕੁਝ ਜੋ ਅਨੁਭਵ ਕੀਤਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ। ਭਜਨ ਗਿੱਲ ਜਗਾਬ ਅਨੁਭਵ ਹੈ ਉਹ ਜੋਖਾ ਹੀ ਨਹੀਂ ਹੈ, ਉਹ ਗਹਿਰ ਅਤੇ ਗੰਭੀਰ ਵੀ ਹੈ ਅਤੇ ਚਿੰਤਨੀ ਰੰਗਣ ਵਾਲਾ ਵੀ ਹੈ। ਉਸ ਕੋਲ ਸਮਕਾਲ ਦੇ ਜਟਲ ਅਤੇ ਸਧਾਰਨ ਦੋਹਾਂ ਤਰ੍ਹਾਂ ਦੇ ਮਨੁੱਖ ਦੀ ਸੰਵੇਦਨਾ ਅਤੇ ਵੇਦਨਾ ਪ੍ਰਗਟ ਕਰਨ ਦੀ ਯੋਗ ਹੈ। ਸਮਾਜਿਕ ਸਿਆਸੀ ਅਤੇ ਧਾਰਮਿਕ ਪ੍ਰਬੰਧਾਂ ਦੀਆਂ ਨਿਤ ਵਾਪਰਦੀਆਂ ਅਲਾਮਤਾਂ ਤੋਂ ਉਹ ਉਪਰਾਮਤਾ ਹੈ ਪਰ ਨਿਰਾਸ਼ ਨਹੀਂ। ਇਸ ਚੱਕਰ ਵਿਊ ਤੋਂ ਮੁਕਤੀ ਲਈ ਉਹ ਪ੍ਰਸ਼ਨ ਕਰਦਾ ਹੈ, ਬਾਬੇ ਇਹਨਾਂ ਰੁਬਾਈਆਂ 'ਚ ਵਾਰ ਵਾਰ ਪ੍ਰਸ਼ਨ ਕਰਦਾ ਹੈ, ਸੁੱਤਿਆਂ ਨੂੰ ਜਗਾਉਂਦਾ ਅਤੇ ਸਾਰਿਆਂ ਤੋਂ ਜਵਾਬ ਹੀ ਨਹੀਂ ਮੰਗਦਾ ਸਗੋਂ ਗਰਮ ਹੋਣ ਦਾ ਇੱਕ ਰਾਜ ਵੀ ਮੰਗਦਾ। ਉਸ ਦੀਆਂ ਇਹਨਾਂ ਰਬਾਈਆਂ ਨੂੰ ਪੜ੍ਹਦਿਆਂ ਇੱਕ ਵਾਰ ਤਾਂ ਇਹ ਲੱਗੇਗਾ ਕਿ ਇਹ ਸਹਿਜ ਅਤੇ ਠਰਮੇ ਦੀ ਸ਼ਾਇਰੀ ਹੈ ਪਰ ਤੁਰ ਅੰਦਰ ਕਿਤੇ ਦੁੱਖ ਦੀ ਹੋਈ ਚਿੰਗਾਰੀ ਵੀ ਹੈ, ਉਹਦੀ ਕਨਸੋਲ ਵੀ ਹੈ। ਇਹਨਾਂ ਰਬਾਈਆਂ ਨੂੰ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਉਹਦੀ ਭਾਸ਼ਾ ਨੂੰ ਦੇਖਦਿਆਂ ਕਿ ਉਹਦਾ ਲਹਿਜਾ ਲੋਕ ਗੀਤਾਂ ਵਰਗਾ, ਉਹ ਕਿਤੇ ਸਹਿਜ ਚਸ਼ਮਾ ਬਣਦਾ ਅਤੇ ਕਿਤੇ ਵੇਦ 'ਚ ਝਰਨਾ ਬਣਦਾ। ਉਸਦੀ ਰਚਨਾ ਵਿੱਚ ਇੱਕੋ ਸਮੇਂ ਗੁਰਬਾਣੀ ਦੀ ਰਹੱਸਮਈ ਗੂੰਜ ਵੀ ਸੁਣਾਈ ਦਿੰਦੀ ਹੈ, ਸੂਫੀ ਕਾਵ ਦੀਆਂ ਵਜਦੀ ਹੂਕਾਂ ਵੀ ਸੁਣਦੀਆਂ ਨੇ ਅਤੇ ਲੋਕ ਸਾਹਿਤ ਦੀਆਂ ਰਹਿਤਨੀ ਰੰਗਤ ਦੀਆਂ ਏਕਾਂ ਵੀ ਸੁਣਾਈ ਦਿੰਦੀਆਂ। ਇਹ ਸਭ ਮਿਲ ਕੇ ਸੁੱਖਾਂ ਲੱਦੇ ਵਕਤਾਂ ਦਾ ਮਹਾਂਪਨੀ ਸੁਨੇਹਾ ਬਣ ਗਿਆ। ਸੋ ਇਹ ਕਿਤਾਬ ਹੈ ਜਿਹੜੀ ਸੁੰਦਰਤਾ ਦੀ, ਇਹ ਕੱਲੀਆਂ ਰੁਪਾਈਆਂ ਹੀ ਨਹੀਂ, ਇਹ ਸੁੱਖਾਂ ਲੱਦੇ ਵਕਤਾਂ ਦਾ ਇੱਕ ਮਹਾਂਪਨੀ ਸੁਨੇਹਾ ਵੀ ਹੈ। ਅਤੇ ਗੁਰਭਜਨ ਗਿੱਲ ਇਕੱਲਾ ਗੁਰਭਜਨ ਗਿੱਲ ਹੀ ਨਹੀਂ ਹੈ, ਇਹ ਕਿੰਨੇ ਸਾਰੇ ਗੁਰਭਜਨ ਵਸ। ਮੈਨੂੰ ਇਹ ਲੱਗਦਾ ਇਹ ਪੰਛੀ ਹੈ ਐਸਾ ਜਿਹੜਾ ਇੱਕ ਦਿਸ਼ਾ ਬਦਲੀ ਨਹੀਂ ਚਾਰੇ ਦਿਸ਼ਾਵਾਂ ਵੱਲ ਰੁਕ ਸਕਦਾ ਹੈ। ਕਦੇ ਉਹ ਖੇਡ ਜਗਤ ਵੱਲ ਤੁਰਿਆ ਹੁੰਦਾ, ਕਦੇ ਉਹ ਸੁਧਾਰ ਜਾਂ ਲਹਿਰਾਂ ਵੱਲ ਤੁਰਿਆ ਹੁੰਦਾ ਅਤੇ ਕਦੇ ਉਹ ਸੱਭਿਆਚਾਰਕ ਮੇਲਿਆਂ ਵੱਲ ਤੁਰਿਆ ਹੁੰਦਾ ਅਤੇ ਕਦੇ ਸਾਹਿਤਕ ਗੋਸ਼ਟੀਆਂ ਵੱਲ ਤੁਰਿਆ ਹੁੰਦਾ। ਪਰ ਇਹ ਦੀ ਸਮਰੱਥ ਹੈ ਕਿ ਇੱਕ ਅਜਿਹਾ ਪੰਛੀ ਹੈ ਜਿਹੜਾ ਚਾਰੇ ਦਿਸ਼ਾਵਾਂ 'ਚ ਉੱਡਦਾ ਅਤੇ ਚਾਰੇ ਦਿਸ਼ਾਵਾਂ 'ਚ ਇਕੱਠਾ ਵੀ ਉੱਡ ਸਕਦਾ। ਜੇ ਸਵੇਰੇ ਸਾਹਿਤਕ ਗੋਸ਼ਟੀ 'ਚ ਹੁੰਦਾ, ਸ਼ਾਮ ਨੂੰ ਕਿਤੇ ਖੇਡ ਮੇਲੇ 'ਚ ਹੁੰਦਾ। ਸੋ ਇਹਦੀ ਇਹ ਸਮਰੱਥਾ ਹੈ ਅਤੇ ਇਸੇ ਸਮਰੱਥਾ ਨੇ ਹੀ ਸਿਰਜਣਾ ਦੇ ਵਿੱਚ ਵੀ ਇਹਦੀ ਕੱਲ ਨੂੰ ਰਫਤਾਰ ਦਿੱਤੀ ਹੈ ਅਤੇ ਇਸੇ ਕਰਕੇ ਸਮੂਰਤਾ ਦੀ 15ਵੀਂ ਕਾਵ ਪੁਸਤਕ ਹੈ ਅਤੇ ਇਸ ਕਾਵ ਪੁਸਤਕ ਨੇ ਸੱਚੀ ਆਇਆ ਹੈ। ਬਹੁਤ ਮਿਹਰਬਾਨੀ ਸਰ। ਇਸ ਤੋਂ ਪਹਿਲਾਂ ਕਿ ਮਾਨਯੋਗ ਵਾਈਸ ਚਾਂਸਲਰ ਤੋਂ ਗੱਲ ਕਰਨਗੀਆਂ ਲੋਕਰਪਣ ਕਰਨ, ਇੱਕ ਦੋ ਗੱਲਾਂ ਮੇਰੇ ਮਨ ਜਿਹੜੀਆਂ ਇਸ ਕਿਤਾਬ ਬਾਰੇ ਨੇ ਜਾਂ ਆਪਣੇ ਪ੍ਰਕਿਰਿਆ ਬਾਰੇ ਨੇ ਉਹ ਕਰਨੀਆਂ ਮੈਂ ਇਸ ਵਾਸਤੇ ਜ਼ਰੂਰ ਸਮਝਦਾ, ਕਿਉਂਕਿ ਕਈ ਸਵਾਲ ਐਸੇ ਹੁੰਦੇ ਨੇ ਬੰਦੇ ਦੇ ਕੋਲ ਆਪਣੇ ਕੋਲ ਜਵਾਬ ਹੁੰਦੇ ਨੇ ਪਰ ਉਹ ਕਈ ਵਾਰੀ ਨਾ ਬੋਲਣ ਕਰਕੇ ਅਧੂਰੇ ਬੋਲ ਰਹਿ ਜਾਂਦੇ ਨੇ ਅਤੇ ਜੇ ਉਹ ਨਾ ਬੋਲਿਆ ਜਾਣ ਤਾਂ ਕਈ ਵਾਰੀ ਮਨ ਦੀ ਬੰਦ ਰਹਿ ਜਾਂਦੀ ਹੈ, ਕਈ ਵਾਰੀ ਕੋਈ ਨਹੀਂ ਗੱਲ ਆਉਂਦੀ ਪਰ ਉਹ ਦੱਸਣ 'ਚ ਇਸ ਗੱਲ ਜ਼ਰੂਰ ਹੋਣੀ ਚਾਹੀਦੀ। ਦੋਸਤੋ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫ਼ਰ ਮੇਰਾ ਉਹ ਸ਼ਬਦ ਸਾਧਨਾ ਦਾ ਸਫ਼ਰ ਹੈ, ਆਪਣੇ ਵੱਡਿਆਂ ਤੋਂ ਕਰਕੇ, ਆਪਣੇ ਪਰਿਵਾਰਕ ਮਾਹੌਲ ਕਰਕੇ, ਆਪਣੇ ਸਮਾਜਿਕ ਚੁਗਿਰਦੇ ਕਰਕੇ, ਜਿਸ 'ਚ ਜਸਵੰਤ ਸਿੰਘ ਰਾਜੀ ਤੋਂ ਲੈ ਕੇ, ਸ਼ਿਵ ਕੁਮਾਰ ਤੋਂ ਲੈ ਕੇ, ਅਮਰਜੀਤ ਗੁਰਦਾਸਪੁਰ ਤੋਂ ਲੈ ਕੇ, ਕਿਹੜਾ ਵਧੀਆ ਹਸਤਾਕਸ਼ਰ ਹੈ ਭੂਸ਼ਣ ਤੱਕ ਦਾ ਜਿਹੜਾ ਮੇਰੀ ਵਿਰਾਸਤ 'ਚ ਮੇਰੇ
ਤਕਵੀਰ 'ਚ ਬਚਪਨ ਤੋਂ ਲੈ ਕੇ ਹੁਣ ਤੱਕ ਸ਼ਾਮਿਲ ਨਹੀਂ ਹੋਇਆ। ਚੰਗਾ ਪੜ੍ਹਨ ਦਾ ਸੁਭਾਗ ਮਿਲਿਆ, ਸ਼ਬਦ ਨਾਲ ਪਈ ਜਦੋਂ ਸਾਂਝ ਪੈ ਗਈ, ਹਫ਼ਤੇ 'ਚ ਵਿਗਾੜਿਆ ਆ ਤਾਂ ਹੁਣ ਸਾਰੇ ਡਾਕਟਰ ਸਪੈਸ਼ਲਿਸਟ ਅਤੇ ਸ਼ਾਇਦ ਥੱਲੇ ਜਦੋਂ ਆਇਆ ਮੈਂ ਤਾਂ ਮੇਰਾ ਬਹੁਤ ਸੁਭਾਗ ਵੱਡਾ ਕਿ ਕੁਛ ਦਿਨਾਂ ਬਾਅਦ ਸੁਰਜੀਤ ਪਾਠਕ ਹੋਈ ਯੂਨੀਵਰਸਿਟੀ 'ਚ ਬਤੌਰ ਟੀਚਰ ਇੱਥੇ ਆ ਗਏ ਮੋਹਨ ਜੀ ਤੌਰ ਸੁਰਜੀਤ ਪਾਠਕ। ਮੋਹਨ ਜੀ ਤਾਂ ਸਾਲਾਂ ਚਲੇ ਗਏ ਪਰ ਸੁਰਜੀਤ ਪਾਠਕ ਦਾ ਇੱਥੇ ਹੋਣਾ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਹਾਜ਼ਰੀ ਜੀ ਗੈਰ ਹਾਜ਼ਰੀ ਜੀ ਕਿ ਇਹ ਇਹ ਲੁਧਿਆਣੇ ਦਾ ਬੜਾ ਵੱਡਾ ਪ੍ਰਿਵਿਲੇਜ ਸੀ ਕਿ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਤੋਂ ਬਾਅਦ ਸ਼ਿਵ ਕੁਮਾਰ ਕਿ ਕੈਰੀਵਰਨ ਔਰ ਸੁਰਜੀਤ ਪਾਤਰ ਵਰਗਾ ਜ਼ਹੀਨ ਸ਼ਾਇਰ ਸਾਡੇ ਸ਼ਹਿਰ 'ਚ ਵਸਦਾ ਹੈ ਅਤੇ ਸਾਡੇ ਕੋਲ ਹਰ ਵੇਲੇ ਅਵੇਲੇਬਲ ਹੈ ਜਿਸ ਨਾਲ ਅਸੀਂ ਪੀਂਘ ਪਾ ਸਕਦੇ ਹਾਂ, ਨੱਚ ਸਕਦੇ ਹਾਂ, ਹੱਸ ਸਕਦੇ ਹਾਂ, ਨੌਨ ਵੇਲੇ ਰੋ ਵੀ ਸਕਦੇ ਹਾਂ ਮੋਟੇ ਸਿਰ ਧਰ ਕੇ। ਇਹ ਇਹ ਸੁਭਾਗ ਬਾਕੀ ਸ਼ਹਿਰਾਂ ਸ਼ਾਇਦ ਸਾਨੂੰ ਨਹੀਂ ਲੱਭਦਾ, ਇੱਕ ਸੁਭਾਗ ਹੈ ਜਿਹਦੀ ਬਹੁਤ ਵਾਰੀ ਸਾਨੂੰ ਆਮ ਤੌਰ 'ਤੇ ਜਿਉਂਦੇ ਜੀ ਫੀਲਿੰਗ ਨਹੀਂ ਹੁੰਦੀ ਪਰ ਮਤਲਬ ਆਪਾਂ ਡਰਾ ਮਾਰਦੇ ਹਾਂ। ਸਿੰਘ ਵਰਗੇ ਇਸ ਚ ਕਿ ਇੱਕ ਜਿਹੜੀ ਕੁਰਸੀ ਤੇ ਮੈਂ ਕਦੇ ਡਾਕਟਰ ਰਣਜੀਤ ਸਿੰਘ ਨੂੰ ਲੈ ਕੇ ਆਇਆ ਸੀ ਉਸ ਕੁਰਸੀ ਨੂੰ ਮੈਂ ਸਭ ਦੱਸਾਂ ਕਿ ਇਹ ਤਾਂ ਨਹੀਂ ਮੇਰੀ ਵੱਡੀ ਵੱਡੀ ਲਾਗਤ ਸੀ ਪਰ ਮੈਨੂੰ ਲੱਗਦਾ ਸੀ ਮੈਨੂੰ ਲੱਗਦਾ ਕਿ ਯੂਨੀਵਰਸਿਟੀ ਨੂੰ ਬੜੇ ਵੱਡੇ ਸਿਰ ਦੀ ਲੋੜ ਹੈ ਅਤੇ ਉਹ ਜੋਗਿੰਦਰ ਦੇ ਰੂਪ ਮਿਲ ਗਿਆ। ਮੈਨੂੰ ਲੱਗਦਾ ਕਿ ਜੋਗਿੰਦਰ ਇਹ ਚੈਲੇਂਜ ਹੈ, ਇਹ ਜੋਬ ਦੀ ਕੋਈ ਲੱਗੀ ਇਸੇ ਚੈਲੇਂਜ ਐਂਡ ਇਸ ਚੈਲੇਂਜ ਨੂੰ ਆਪਾਂ ਸਾਰੇ ਰਲ ਕੇ ਨਜਿੱਠਣਾ ਹੈ। ਔਰ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਜਿਹੜਾ ਮਾਹੌਲ ਇਸ ਵਕਤ ਇਸ ਇੰਸਟੀਟਿਊਸ਼ਨ 'ਚ ਕੰਮ ਦਾ ਬਣਿਆ ਹੋਇਆ ਉਸ ਵਿੱਚ ਤੱਕਣਾ ਤੇਰੇ ਵਰਗੇ ਮਿਹਨਤੀ ਬੰਦਿਆਂ ਵਾਸਤੇ ਔਖਾ ਕੰਮ। ਸੋ ਮੈਂ ਆਪਣੇ ਸਿਰਜਣਾ ਬਾਰੇ ਗੱਲ ਕਰਦਿਆਂ ਗੱਲ ਆਖਾਂਗਾ ਕਿ ਨਿਰੰਤਰਤਾ ਮੈਨੂੰ ਤਾਂ ਨਹੀਂ ਸੀ ਹੋ ਸਕੀ ਕਿਉਂਕਿ ਮੈਂ ਰੁਜ਼ਗਾਰ ਭਾਵੇਂ ਇਹਨਾਂ ਜਗ੍ਹਾਓਂ ਕਰਦਾ ਸੀ, ਉਦੋਂ ਪਹਿਲਾਂ ਚਾਹੇ ਗਵਰਨਮੈਂਟ ਕਾਲਜ ਪੜ੍ਹਦਾ ਸੀ, ਉਦੋਂ ਪਹਿਲਾਂ ਮੈਂ ਖਾਲਸਾ ਕਾਲਜ ਪੜ੍ਹਦਾ ਸੀ, ਪਰ ਮੇਰਾ ਜਿਹੜਾ ਕਰਮ ਭੂਮੀ ਸੀ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ 1971 ਤੋਂ ਹੀ ਮੇਰੇ ਯਾਰ ਬੇਲੀਆਂ ਦਾ ਸਭ ਤੋਂ ਵੱਡਾ ਦਾਇਰਾ ਇੱਥੇ ਰਹਿੰਦਾ ਸੀ। ਨਾਲ ਜਾਨ ਸਰ ਅਖਤਰ ਹੋਰੀ ਦੇ ਨਾਲ ਕਿਸ਼ਨ ਲਾਲ ਪੇਂਟਰ ਨੇ ਪੇਂਟਰ ਗੌਰੀ ਹੈ ਅਜਾਇਬ ਦੀ ਸਰਕਾਰ ਤੇ ਪੰਜਾਬ ਕਰ ਰਹੇ ਕਰਦੇ ਗਰਗ ਸਾਹਿਬ ਦੀ ਹਾਲਤ ਵਿੱਚ ਬਹਿਣਾ ਕਿੰਨੇ ਲੋਕਾਂ ਨੂੰ ਨਸੀਬ ਹੋਇਆ ਸਿਰਫ ਇਸ ਕੈਂਪਸ ਦੇ ਲੋਕਾਂ ਨੂੰ ਹੋਇਆ ਨਾ ਅਤੇ ਇੱਕ ਨਿੱਕੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ। ਇਸ ਕਰਕੇ ਮੈਨੂੰ ਲੱਗਦਾ ਕਿ ਉਸ ਵਿਰਾਸਤ ਨੂੰ ਅਸੀਂ ਸਾਰੇ ਮਾਤਮ ਸਾਹਿਬ ਕਰਦੇ ਕਰਦੇ ਸ਼ਬਦ ਸਾਧ ਮੇਰਾ ਤੁਰਦੇ ਤੁਰਦੇ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਫਾਲਤੂ ਪ੍ਰਾਣੀ ਆਸੇ ਪਾਸੇ ਪਸਰਦੀਆਂ ਸੀ ਉਹ ਕਦੇ ਉਹਨੂੰ ਅਜਾਇਬ ਚਿੱਤਰਕਾਰ ਛਾਂਕ ਦਿੰਦਾ ਸੀ ਤਾਂ ਕਿ ਸਾਡਾ ਤਣਾ ਭਾਰਾ ਹੋ ਜਾਵੇ, ਸਾਡਾ ਪਤਰਾਲ ਨਾ ਵਧੇ। ਕਦੇ ਅਜਾਇਬ ਚਿੱਤਰਕਾਰ ਦੇ ਨਾਲ ਕਿਸੇ ਅਧੀਮ ਹੋਈ ਛਾਂਕ ਦਿੰਦੇ ਸੀ ਕਿ ਨਹੀਂ ਇਹ ਸ਼ਬਦ ਇੱਥੇ ਨਹੀਂ ਵਰਤਣਾ, ਇਹਨੂੰ ਐਜ ਵਰਤਣਾ, ਇਹਦੀ ਸ਼ੇਪ ਜਿਹਦੇ ਨਾਲ ਇਸ ਬੈਡ ਬਣਦੀ ਹੈ, ਕਦੇ ਤੁਸੀਂ ਪਾਕਿਸਤਾਨ ਡਿਸਕਸ਼ਨ ਕਦੇ ਸਾਧੂ ਭਾਜੀ ਡਿਸਕਸ਼ਨ ਇਹ ਚੀਜ਼ ਦਾ ਫਾਇਦਾ ਹੁੰਦਾ ਇਸ ਮਾਹੌਲ ਦੀ ਪੈਦਾਵਾਰ ਮੈਂ ਮੈਂ ਆਪਣੇ ਆਪ ਕੁਛ ਵੀ ਨਹੀਂ ਕੁਸ਼ਚਨ ਦੇ ਸ਼ਬਦ ਮੈਂ ਸਪੋਰਟ ਕਰਦਾ ਹੁੰਦਾ ਕਿ ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹ ਤਾਂ ਹੈ ਮੌਸਮ ਸੇ ਸਿਰਫ ਜੇ ਮੇਰੇ ਗੁਲਦਸਤੇ ਵਿੱਚ ਦੇ ਨੂੰ ਫੁੱਲ ਪਿਆਰੇ ਰਹਿੰਦੇ ਇਸ ਗੁਲਦਸਤੇ ਵਿੱਚ ਜਿੰਨੇ ਫੁੱਲ ਨੇ ਉਹਦੇ 'ਚ ਮੈਂ ਸਿਰਫ ਜਿਵੇਂ ਹੁੰਦਾ ਨਾ ਤਿੰਨੀ ਨੇ ਸਜਾ ਲੈਣਾ ਉਹਨਾਂ ਦੀ ਰੋਲਾ ਮੇਰੇ ਤੋਂ ਵੱਧ ਨਹੀਂ ਹੈ। ਵਕਤ ਨੇ ਮੈਨੂੰ ਬਹੁਤ ਸਾਰੇ ਮੌਕੇ ਦਿੱਤੇ ਨੇ, ਅਪਰਚੁਨਿਟੀ ਦਿੱਤੀਆਂ ਨੇ, ਐਨਾਲਿਟੀਕਲ ਆਈ ਦਿੱਤੀ ਹੈ, ਐਨਾਲਿਟੀਕਲ ਆਈ ਦੇਣ ਵਾਸਤੇ ਮੈਂ ਆਪਣੇ ਮਾਪਿਆਂ ਦਾ ਤਾਂ ਹੈ ਹੀ ਹੈ ਭਾਵੇਂ ਬਿਲਕੁਲ ਅੱਖਰ ਗਿਆਨ ਤੋਂ ਵਿਰਲੇ ਸੀ ਪਰ ਲੋਕ ਸਿਆਣਪ ਦਾ ਸਿੱਖ ਸੀ। ਮੈਨੂੰ ਲੱਗਦਾ ਕਿ ਹਰ ਧਰਤੀ ਦਾ ਹਰ ਮਾਪਾ ਜਿਹੜਾ ਹੈਗਾ ਆਪਣੇ ਬੱਚੇ ਨੂੰ ਉਹ ਲਿਆਕਤ ਦੇ ਕੇ ਜਾਂਦਾ, ਜੇ ਤੀਸਰੀ ਵਿਸ਼ਲੇਸ਼ਣ ਆਖੇ ਵੀ ਬੱਚੇ 'ਚ ਖੁੱਲ ਜਾਵੇ ਫਿਰ ਆਦਮੀ ਨੂੰ ਮੁਸੀਬਤ ਮੁਸੀਬਤ ਨਹੀਂ ਲੱਗਦੀ, ਸੰਕਟ ਸੰਕਟ ਨਹੀਂ ਲੱਗਦਾ, ਫਿਰ ਸਿਰਜਣ ਸਹਿਬ ਕਰਦੇ ਜਾਂ ਔਖਾ ਕਰਦੇ। ਸੋ ਇਸ ਕਰਕੇ ਮੈਂ ਅੱਜ ਜਦੋਂ ਸੰਬੋਧਨੀ ਦੇ ਰੂਪ ਦੇ ਵਿੱਚ ਇੱਕ ਕਿਤਾਬ ਤੁਹਾਡੇ ਅਰਪਣ ਕਰ ਰਿਹਾ ਦੁਆਰਾ ਲੋਕਾਂ ਤੱਕ ਪਹੁੰਚ ਰਿਹਾ
एक राज्य है उसका राज्य बना था कि जिस इंस्टीट्यूशन में 30 साल काम किया सी उस इंस्टीट्यूशन का मैंने अजय भी चाव होता है अजय भी मेरे मन में थी खुलारा होता है अजय भी कटी मुड़ के उधर पर थी ये इंस्टीट्यूशन की ग्रेटनेस तो यही है उस माहौल दी बहुत बड़ी प्राप्ति है तो ये माहौल में भी होते हैं तब चाया तो ਸੁਣਨ ਵਾਲੇ ਬੰਦੇ ਘੱਟਦੇ ਜਾਂਦੇ ਰੱਖਦਾ ਸੁਣਨ ਵਾਲੇ ਬੰਦੇ ਪੱਥਰਾਂ ਦੀ ਸ਼ਾਇਰੀ ਸੁਣਨ ਵਾਲੇ ਬੰਦੇ ਘੱਟਦੇ ਜਾਂਦੇ ਆ ਸ਼ਾਇਰ ਪੱਥਰ ਵੀ ਜਾ ਰਹੇ ਨੇ ਪੱਥਰ ਗਾਉਂਦੇ ਗਾਉਂਦੇ ਥੱਕ ਗਏ ਹੰਭ ਗਏ ਸੁਣਦੇ ਨਾ ਕੋਲ ਨਹੀਂ ਕਰਾਉਂਦੇ ਪੱਤਿਆਂ ਕੋਲ ਨਹੀਂ ਕਰਾਉਂਦੇ ਦਰਖਤਾਂ ਕੋਲ ਨਹੀਂ ਕਰਾਉਂਦੇ ਯਾਦ ਹੋਣਾ ਤੁਹਾਨੂੰ ਇੱਕ ਵਾਰ ਰਟੋਲ ਕੋਈਸਾਂ ਸੀ ਉਹਨਾਂ ਵਕਤਾਂ 'ਚ ਭਾਜੀ ਤੇ ਪ੍ਰਕਾਸ਼ ਸਿੰਘ ਹੋਰਾਂ ਨੇ ਇਸ ਯੂਨੀਵਰਸਿਟੀ ਦੇ ਸਾਰੇ ਬਿਰਖਾਂ ਦੇ ਚਿੱਤਰ ਤਿਆਰ ਕੀਤੇ ਨੁਮਾਇਸ਼ ਲਈ नौकरी करने बंदा सेवादार है ना मत्था टेक नहीं जाता इतने बहुत बरसियाल सेवादार ने सो बरसियाल सेवादार जी एक गली छड़ के लिया जो छोटे रखे शुकराना उस गलियारे का ही आ जाने सू लगता है कि असी उस गलियारे ही वर्ग के उस सारी जी खूबसूरती आत्मसात करते हैं संत भी सुभाग है कि रुजगार करते रहे इतने पर बावजूद भी यह परिवार बहुत बड़ा परिवार है जिते कितने जाइए कैंपस के लोग जो मिलते हैं दूर दराज मुल्क भी आपको ऐसे मिलते हैं जो बिछड़े हुए माँ जाए लगते हैं सो मैं शुकराना करता और गुजारिश करा सब तो पहले डॉक्टर साहब कि ਤੁਸੀਂ ਕੋਈ ਸ਼ਬਦ ਕੋਈ ਨਾ ਬੋਲੋ ਉਸ ਬਾਅਦ ਆਪਾਂ ਖਰਾਬ ਵੀ ਕਰਦੇ ਸਰ ਹਾਂਜੀ ਜੀ ਬਹੁਤ ਸਨਮਾਨ ਯੋਗ ਡਾਕਟਰ ਪਾਤਰ ਸਾਹਿਬ ਡਾਕਟਰ ਕਾਮਰ ਸਾਹਿਬ ਗਿੱਲ ਸਾਹਿਬ ਦੂਸਰੇ ਸਾਡੇ ਸਾਥੀ मैं वाकई शब्द की बोल में आया मैं कि आई ओवर हेल्प्स और आई विल कम टू दैट सर पहली गल है कि बड़ी खुशी की गल है थोड़ी मेहनत का हो और साथियों ने प्रशंसा की थी जो लिखा हुआ या जो लिखने में जो नवा मोड़ थोड़ा बहुत था लिखारियों का सोसायटी में किस पास लिखे जाना की करना मेरे ख्याल उन्होंने साइंसदान का रोल जिन्ना कल्चर सोसायटी का चंगा रहन सहन बहन जो जो लेखक होते जो भाषा विज्ञानी उस पास लिखे जाते हैं सो हम अपना ये देखिए कि गाने जुड़े होंगे उस तरीके ने जी चंगी गबर चंगी कहानी है कई कहानी जीडिया छोटे ने बड़ी सारी हो याद रही है कविता ने पता नहीं कितनी गुण बनाई दी है गल की सी भाई नूर सिंह सीने के जिन्ना ने कहा था थोड़ा जा मेरे ख्याल में अच्छी जी किताब पढ़ी है उतना तो पंजाबी दे बहुत घट नाव दी पढ़े पता पता या हम गिर साहब की किताब है जी गुरप्रीत हो रहे सो सोसाइटी में कितने लेके जाना और जिस दौर चो पंजाब गुजर रहा वा तो इसकी गल के तुम इस वे प्रॉब्लम संभाली है सो कृपा करके मेरी बेनती है कि अपना तो जिना हिस्सा पा सकते पाइए बड़े नाजुक दौर के गुजर पता नहीं अखबार तो मुझे काफ़ी बार कहने ये नहीं करता कि किधर तो लेके जा रहे हैं मीडिया कोई कंट्री या कोई मैदान में जी को सब तो ज़्यादा आप कह देते हैं कि डिसिप्लिन वधिया कौन जैपनीज से जर्मन है उथे भी जेल है तो मिसाल देना उथे भी माड़े काम इतने मेरे जी हूँ आप
ਖਬਰਾਂ ਇਸ ਤਰ੍ਹਾਂ ਦੀ ਰੋਜ਼ ਆਉਂਦੀ ਹੈ ਜੇ ਤੁਸੀਂ ਸੈਟ ਕਰਦੇ ਤਾਂ ਮੇਰੇ ਕੋਲ ਹਜ਼ਾਰ ਰੁਪਏ ਪਾ ਦਿੰਦੇ ਆ ਟੀ ਵੀ 'ਤੇ ਉਹਦੇ ਵਿੱਚ ਨਾਲ ਮੀਡੀਆ 'ਚ ਚੰਗੀਆਂ ਗੱਲਾਂ ਆਉਣੀਆਂ ਕਿ ਸਪ੍ਰਿੰਟ ਮੀਡੀਆ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰ ਸਕਦੀ ਹੈ ਮੇਰੀ ਗੁਜ਼ਾਰਿਸ਼ ਹੈ ਮੇਰੀ ਅਰਜ਼ੀ ਕਿਰਪਾ ਕਰਕੇ ਜਿੰਨਾ ਜਲਦੀ ਤੱਕ ਮਿਲ ਸਕਦੀ ਇਹ ਨਹੀਂ ਮੈਂ ਕਹਿੰਦਾ ਕਿ ਜਿਹੜਾ ਮਾੜਾ ਪੱਖ ਆ ਉਹਨੂੰ ਨਾ ਗਿਣਿਆ ਲੱਗਿਆ ਜੀ ਅਤੇ ਪ੍ਰਚੋਲ ਨਹੀਂ ਕਰੂੰ ਜੀ ਮੈਂ ਇਹ ਨਹੀਂ ਪਤਾ ਕਿ ਨੁਕਸੇ ਸਟੀ ਨੁਕਸੇ ਅਤੇ ਆਪਾਂ ਉਹਨੂੰ ਸੁਧਾਰ ਨਹੀਂ ਕਰ ਸਕਦੇ ਉਹ ਵੀ ਆਉਣਾ ਚਾਹੀਦਾ ਪ੍ਰੋਜੈਕਟ ਬੈਲੈਂਸ ਤਰੀਕੇ ਨਾਲ ਮਨ 'ਚ ਇਹ ਰੱਖ ਕੇ ਸੁਸਾਇਟੀ ਦਾ ਫਾਇਦਾ ਕਿਤੇ ਇਹ ਨਹੀਂ ਕਿ ਮੇਰੀ ਅਖਬਾਰ ਦੇ ਪੱਤੇ ਕਹਿੰਦੇ ਮੇਰੇ ਜਾਂ ਮੇਰੀ ਜਾਂ ਮੇਰੀ ਪਤਾ ਟੀ ਵੀ ਨੂੰ ਕਿਤੇ ਜਾਣੇ ਵੇਖਣ ਵਾਲੇ ਸੋ ਉਹਦੇ ਲਈ ਸਭ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਮੈਂ ਅੱਗੇ ਹੱਸ ਦਿੰਦਾ ਤੁਹਾਡੇ ਨਾਲ ਕਿ ਰਿਟਾਇਰ ਹੋਣ ਤੋਂ ਬਾਅਦ ਬਹੁਤ ਹੀ ਐਕਟਿਵ ਹੋ ਗਏ ਜੀ ਜਿੰਨੀਆਂ ਵੀ ਕਿਤਾਬਾਂ ਹੋਣ ਔਰ ਮਨ ਦੇ ਵਿੱਚ ਸ਼ਬਦ ਜਿਹਨਾਂ ਵਿੱਚ ਗੁਰਗੀਤ ਸੇਵਾ ਕਰ ਰਿਹਾ ਇੰਨਾ ਪੋਜ਼ਿਟਿਵ ਹੁਣ ਥੋੜ੍ਹੇ ਦਿਨ ਦੀ ਗੱਲ ਕਰ ਰਿਹਾ ਗੁਰਗੀਤ ਕਿਤਨਾ ਟਾਈਮ ਫੜ ਲੈਂਦਾ ਸੋ ਪੋਜ਼ਿਟਿਵ ਪੱਖ ਜਾਂ ਜਿਹੜੀ ਉਨਤਾ ਹੀ ਉਹਨੂੰ ਬੈਲੈਂਸ ਵੀ ਕਰਨ ਵਿੱਚ ਗੁਰਗੀਤ ਦੇਖ ਰਿਹਾ ਉਹ ਬਹੁਤ ਜ਼ਰੂਰੀ ਹੈ ਬੜੇ ਆਪਾਂ ਨਾਜ਼ੁਕ ਸੰਕਟ ਤੋਂ ਸੁਸਾਇਟੀ ਦੇਖ ਰਹੀ ਹੈ ਖਾਸ ਕਰਕੇ ਪੰਜਾਬ ਦੀ ਗੁਜ਼ਾਰਤ ਨਾ ਕਰ ਸਕਦੇ ਇਸ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ ਸੋ ਬਹੁਤ ਬਹੁਤ ਵਧਾਈਆਂ ਇੱਕ ਵਾਰ ਫਿਰ ਔਰ ਪਰਮਾਤਮਾ ਕਰੇ ਹੋਰ ਇਹਨੂੰ ਜ਼ਿਆਦਾ ਦੇਖੋ ਔਰ ਨਾਲ ਨਾਲ ਮੈਂ ਕਹਿਣਾ ਚਾਹੂੰਗਾ ਕਿ ਆਪਾਂ ਪੰਜਾਬੀ ਉੱਚੀ ਬਣਾਈ ਜਾਂਦੇ ਹਾਂ ਸਿੱਖੀ ਦੀ ਉੱਚੀ ਜਿਹੜੀ ਮੇਰੇ ਨਾਲ ਮਨ 'ਚ ਗੱਲ ਵੀ ਮੈਂ ਕਹਿ ਦਿੰਦਾ ਮੈਨੂੰ ਚੇਤਕ ਲੱਗ ਗਈ ਪਾਕਿਸਤਾਨ ਦਾ ਟੀ ਵੀ ਵੇਖਣ ਜਦੋਂ ਜਰਮਨੀ ਸੀਗਾ ਉਹ ਪੰਜਾਬੀ ਇੰਨੀ ਸੋਹਣੀ ਬੋਲਦੇ ਆ ਜਦੋਂ ਮੈਂ ਲਾ ਦਿੰਦਾ ਮਿਸਟਰ ਕੁਛ ਮੈਂ ਇੱਕ ਤਾਂ ਪੰਜਾਬੀ ਬਹੁਤ ਸੋਹਣੀ ਮੈਂ ਦੂਜੇ ਮਰਾਸੀਆਂ ਨੂੰ ਵੇਖਣ ਡਿਆ ਜਿੰਨਾ ਉਹਨਾਂ ਦੇ ਵਿੱਚ ਕੌਮੇਡੀ ਆ ਸਭ ਤੋਂ ਕੋਈ ਮੁਕਾਬਲੇ ਆਪਾਂ ਤਾਂ ਪੰਜਾਬੀ ਜਿਹੜੇ ਔਖੇ ਬਣਾਈ ਜਾਂਦੇ ਹਾਂ ਪਰ ਉਹ ਜਿਹੜੇ ਛੋਟੇ ਲਈ ਲੰਗ ਉਹਦੇ ਖਾਸ ਕਰਕੇ ਮੈਂ ਉਹਨੂੰ ਸਭ ਤੋਂ ਫੋਨ ਕਰਕੇ ਸਾਡੀ ਬੋਲੀ ਉਹ ਜਿਹੀ ਦੌੜ ਵਾਲੀ ਆ ਉਹ ਸੁਣ ਕੇ ਜੋ ਮਜ਼ਾ ਆਉਂਦਾ ਉਹ ਲਫ਼ਜ਼ ਨਹੀਂ ਦਿਨੋ ਦਿਨ ਲੋਕ ਹੋਈ ਜਾਂਦੇ ਆ ਖੈਰ ਬੋਲੀ ਵੀ ਜਾਂ ਲੈਂਗੁਏਜ ਵੀ ਇੱਕ ਜਿਉਂਦੀ ਜਾਗਦੀ ਚੀਜ਼ ਹੈ ਮਰੀ ਤਾਂ ਹੈ ਨਹੀਂ ਜਲਦੀ ਲਾਈਫ ਸਟੋਰ ਕਰਦੇ ਹਨ ਬਹੁਤ ਇਗਜ਼ਾਮਪਲ ਡਿਸਕਸ ਕਰਦਾ ਪਹਿਲਾਂ ਸੋ ਚੇਂਜਿਸ ਤਾਂ ਆਉਂਦੀਆਂ ਪਰ ਨਾਲ ਆਪਣਾ ਲਿਸਾ ਸੰਭਾਲਣਾ ਵੀ ਮੁਸ਼ਕਲ ਹੁੰਦੀ ਹੈ ਉਹ ਜਿਹੀਆਂ ਚੇਂਜਿਸ ਆ ਰਹੀਆਂ ਆਪਣਾ ਥੋੜ੍ਹਾ ਜਿਹਾ ਸੰਸਕ੍ਰਿਟਾਈਜ਼ ਹੋ ਰਿਹਾ ਔਖੇ ਪਾਸੇ ਜਾ ਰਿਹਾ ਦੂਜਾ ਇਹ ਹੈ ਕਿ ਅੰਗਰੇਜ਼ੀ ਤੋਂ ਇਹ ਸੱਚ ਨੂੰ ਟਰਾਂਸਲੇਸ਼ਨ ਵੀ ਕਰਦੇ ਆ ਸ੍ਰੀ ਸੋਲਰ ਡਾਇਰ ਦੀ ਪੰਜਾਬੀ ਸੂਰਜੀ ਸੁਕਾਵਾ ਕੁਛ ਇਸ ਤਰ੍ਹਾਂ ਦੀ ਕੀਤੀ ਸੀ ਮੈਂ ਇਹਨਾਂ ਤੋਂ ਸੋਲਰ ਡਾਇਰ ਦੇ ਕੇ ਸੋਖਾ ਔਖੇ ਪਾਸੇ ਜਾਂ ਆਪਣੇ ਡਾਕਟਰ ਵਿਸ਼ਾ ਵਸਤੂ ਮਾਰਵਾਈ ਨਾ ਵਿਸ਼ਾ ਵਿਸ਼ਾ ਬਾਦ ਸਬਜੈਕਟ ਮੈਟਰ ਸਪੈਸ਼ਲ ਥੋੜ੍ਹਾ ਜਿਹਾ ਟਰਾਂਸਲੇਸ਼ਨ ਵੀ ਜੇ ਠੀਕ ਹੋਵੇ ਉੱਥੇ ਹੁਣ ਇੰਗਲਿਸ਼ ਦੇ ਵਿੱਚ ਜੇ ਉਹ ਜਗਾਲੂ ਲਫ਼ਜ਼ ਇੰਗਲਿਸ਼ 'ਚ ਆ ਸਕਦਾ ਅਡੋਪਟ ਕਰ ਸਕਦੇ ਇੰਗਲਿਸ਼ ਸੁਣਿਆ ਕਿ ਉਹਦੇ ਬਾਅਦ ਐਟ ਇੰਗਲਿਸ਼ ਲਫ਼ਜ਼ ਸੋ ਉਸ ਤਰੀਕੇ ਨਾਲ ਥੋੜ੍ਹਾ ਜਿਹਾ ਜਿਹੜਾ ਵਾ ਪੰਜਾਬੀ ਲੈਂਗੁਏਜ ਭਾਸ਼ਾ ਨਾਲ ਜੁੜੀ ਵੀ ਹੈ ਚੰਗੀ ਗੱਲ ਹੈ ਦੂਜਾ ਨੂੰ ਥੋੜ੍ਹਾ ਜਿਹਾ ਕਿਤਾਬ ਸਾਡੇ ਪਾਸੇ ਹੋਰ ਵਿਸਾਖੀ ਬਾਅਦ ਛੋਟੇ ਹੁੰਦਿਆਂ ਜਦੋਂ ਭਾਈ ਵੀਰ ਸਿੰਘ ਜਾਂ ਸੰਸਿਕ ਸਿੱਖ ਦੀ ਪੇਂਡੀ ਦੇ ਪਾਣੇ ਆਪਣੇ ਭਾਈ ਕਵੀ ਜਾਂ ਮੋਹਨ ਸਿੰਘ ਜੀ ਉਹਨਾਂ ਦੇ ਧਰਤੀ ਜਿਹੜਾ ਬਹੁਤ ਪੜ੍ਹਦੇ ਤਾਂ ਮਨ 'ਚ ਹੁੰਦਾ ਸੀਗਾ ਕਿ ਵੱਡੇ ਵੱਡੇ ਬੰਦੇ ਵੀਰ ਸਾਹਿਬ ਤੁਹਾਡੀ ਕਿਤਾਬ ਦਾ ਸਦਕਾ ਤੁਹਾਡੇ ਸਦਕੇ ਆਦਮੀ ਦੋ ਮਹਾਨ ਹਸਤੀਆਂ ਨਾਲ ਇੱਧਰ ਉੱਧਰ ਬੈਠਾ ਹੋਣਾ
ਜਿਹੜਾ ਕਦੀ ਸੋਚਿਆ ਹੀ ਨਹੀਂ ਗਿਆ, ਕਦੀ ਸੋਚਿਆ ਹੀ ਨਹੀਂ ਸੀ ਗਾ ਜੀ। ਬਹੁਤ ਬਹੁਤ ਧੰਨਵਾਦ, ਪਰ ਮੈਨੂੰ ਮੌਕਾ ਮਿਲ ਰਿਹਾ ਕਿ ਇਹਨਾਂ ਇਹਨਾਂ ਦੀ ਚਾਰਜ ਲੈਣ ਤੋਂ ਬਾਅਦ ਇਲੈਕਸ਼ਨ ਕਰਾਉਣਾ ਚਾਹੀਦੀ ਨਹੀਂ ਮਿਲ ਰਿਹਾ। ਮੈਂ ਸੋਰੀ, ਉਸ ਦਿਨ ਠੀਕ ਨਹੀਂ ਸੀ ਤੁਹਾਡਾ ਇਲੈਕਸ਼ਨ ਸੀ, ਇਹਨਾਂ ਨੂੰ ਜਾਣਦਾ ਅਫਸਰ ਨਹੀਂ, ਮੇਰਾ ਵੱਡੇ ਅਫਸਰ ਸੋ ਦੋਵਾਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਜਿਹੜਾ ਮੈਂ ਕਹਿੰਦਾ ਕਿ ਛੋਟਾ ਜਿਹਾ ਗੁਜ਼ਾਰਾ ਯੂਨੀਵਰਸਿਟੀ 'ਚ ਰੱਖਿਆ, ਸਾਨੂੰ ਇਸ ਨਿਆਣੇ ਤੋਂ ਬਹੁਤ ਜ਼ਿਆਦਾ ਮਾਣ ਹੈ। ਸੋਮਵਾਰ ਵੀ ਪ੍ਰੈਜੈਂਟੇਸ਼ਨ ਸੀ ਮੇਰੀ, ਮੇਰੀ ਐਕਸਪਰਟ ਕਮੇਟੀ ਬਣੀ ਆ ਇੰਸਟੀਟਿਊਸ਼ਨ ਐਮੀਨਸ, ਇੱਕ ਹਜ਼ਾਰ ਕਰੋੜ ਵਾਲੀ। ਮੈਂ ਸਾਰਾ ਦੱਸ ਕੇ ਸਾਡਾ ਆਹ ਸਾਡਾ ਇਹਾਂ ਕੀਤਾ ਉਹ ਕੀਤਾ, ਡੀ ਜੀ ਆਈ ਸੀ ਆਰ, ਡੀ ਜੀ ਸੀ ਐੱਸ ਆਈ ਆਰ, ਡੀ ਜੀ ਫੋਰੈਸਟਰੀ ਦਾ ਜਾਂ ਡਾਕਟਰ ਖੁਸ਼ ਦਾ ਸਾਰਾ ਦੱਸ ਕੇ ਰੱਖੀ ਅਤੇ ਮੈਂ ਕਿਹਾ ਸਾਡੀ ਛੋਟੀ ਜਿਹੀ ਯੂਨੀਵਰਸਿਟੀ ਹੈ। ਆਈ ਫੀਲ ਵੈਰੀ ਪ੍ਰਾਊਡ ਟੈਲ ਯੂ ਦੈਟ ਵੀ ਹੈਵ ਪ੍ਰੋਡਿਊਸਡ ਥ੍ਰੀ ਪੈਟਰਨਸ ਆਫ ਹਾਕੀ ਇਨ ਓਲੰਪਿਕਸ ਐਂਡ ਥ੍ਰੀ ਕਲੀਗਸ ਹੂ ਹੈਵ ਸੈਟ ਸੈਟ ਅ ਸੈਟ ਅਕੈਡਮੀ ਅਵਾਰਡਸ ਵਿਦ ਅਸ, ਦਸ ਦਸ ਅਵਾਰਡਸ ਮਿਲਿਆ ਸੀ। ਸੋ ਇਸ ਗਲਿਆਰੇ 'ਤੇ ਸਾਡੇ ਜਿਹੜੇ ਸਾਥੀ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ, ਉਹਨਾਂ ਦੇ ਮੈਂ ਇਸ ਮੌਕੇ 'ਤੇ ਬਹੁਤ ਬਹੁਤ ਧੰਨਵਾਦ। ਉਹ ਛੋਟੀ ਯੂਨੀਵਰਸਿਟੀ ਚਾਰ ਚਾਰ ਸਟੂਡੈਂਟ ਹੁਣ ਬਾਕੀ ਹੋਏ ਨੇ, ਮੈਂ ਜਾ ਕੇ ਬੇਟਾ ਕਾਲਜ ਬਾਕੀ ਸਾਰੇ ਬੱਚੇ ਵਾਲੇ ਪੇਰੈਂਟਸ ਕਰਤਾ। ਬਹੁਤ ਬਹੁਤ ਧੰਨਵਾਦ, ਮੇਰੀ ਗੱਲ ਬਤਾਈ ਕਿਤਾਬ ਦੇ ਲਈ ਅਤੇ ਉਹਨਾਂ ਤੋਂ ਮੌਕਾ ਬਖਸ਼ਿਆ ਵਾ ਐਡੇ ਵੱਡੇ ਬੰਟੀ ਤੂੰ ਕਿਉਂ ਨਹੀਂ ਆਉਂਦਾ? ਛੇਤੀ ਕਰ ਛੇਤੀ, ਯੋਗਦਾਨ ਕਿਸ ਕਿਸਮ ਦਾ ਤੁਸੀਂ ਸਮਾਗਮ ਪਿੰਡਾਂ ਵਿੱਚ ਆਇਆ?
ਜਿਸ ਦੇ ਵਿੱਚ ਸਾਰੀ ਗੱਲਾਂ ਇਕੱਠੀਆਂ ਕੰਪਾਈਲ ਵੀ ਕੀਤੀਆਂ ਜਾਣ ਤੇ ਇੱਕ ਨੂੰ ਪ੍ਰੈਜੈਂਟ ਵੀ ਕੀਤੀਆਂ ਜਾਣ, ਅਸੀਂ ਪਬਲਿਸ਼ ਕਰੀਏ ਉਸ ਨੂੰ, ਤਾਂ ਇੱਕ ਹੋਰ ਵਧੀਆ ਮੌਕਾ ਬਣ ਸਕਦਾ ਹੋ। ਮੇਰੇ ਸ਼ਬਦਾਂ ਤੋਂ ਸਭ ਤੋਂ ਵੱਧ ਧੰਨਵਾਦ। ਆਨੰਦ ਨਹੀਂ 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 ਆਨੰਦ ਨਹੀ